ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ ਏਅਰਲਾਈਨ ਵਿੱਚ ਪਾਇਲਟ ਕਿਵੇਂ ਬਣ ਸਕਦੇ ਹਾਂ। ਜੇ ਤੁਸੀਂ ਵੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਕਰੀਅਰ ਰਿਲੇਟਡ ਵੀਡੀਓ ਬਣਵਾਵਾਂ, ਫੁੱਲ ਇਨਫੋਰਮੇਸ਼ਨ ਦੇਵਾਂ, ਤਾਂ ਵੀਡੀਓ ਵਿੱਚ ਕਮੈਂਟ ਕਰੋ। ਨੈਕਸਟ ਵੀਡੀਓ ਮੈਂ ਤੁਹਾਡੇ ਕਰੀਅਰ ਜੋ ਤੁਹਾਡੇ ਕਮੈਂਟ ਦੇ ਅਕੋਰਡਿੰਗ ਬਣਾ ਦੇਵਾਂ। ਓਕੇ ਦੋਸਤੋ, ਜ਼ਿਆਦਾ ਟਾਈਮ ਨਾ ਵੇਸਟ ਕਰਦੇ, ਸਿੱਧੇ ਮੋਟਿਵ ਤੇ ਆਉਂਦੇ ਹਾਂ। ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਐਲੀਜੀਬਿਲਿਟੀ ਕੀ ਹੈ, ਇਸ ਦੀ ਫੀਸ ਕੀ ਹੈ, ਅਤੇ ਡਿਊਰੇਸ਼ਨ ਕੀ ਹੈ, ਅਤੇ ਸੈਲਰੀ ਕੀ ਹੈ। ਓਕੇ ਦੋਸਤੋ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਸ ਦੀ ਜੋ ਸੈਲਰੀ ਹੈ, ਇੱਕ ਪਾਇਲਟ ਦੀ ਸੈਲਰੀ ਕੀ ਹੁੰਦੀ ਹੈ, ਉਸ ਤੁਹਾਨੂੰ ਜਾਣੂ ਕਰਵਾ ਦਿੰਦਾ। ਅਤੇ ਦੋਸਤੋ, ਸਭ ਜਦੋਂ ਤੁਸੀਂ ਇਹ ਪ੍ਰੋਸੈਸ ਪੂਰਾ ਕਰ ਲੈਂਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਜੂਨੀਅਰ ਫਸਟ ਆਫਿਸਰ ਦੀ ਪੋਸਟ ਮਿਲਦੀ ਹੈ, ਅਤੇ ਜਿਸ ਦੀ ਸੈਲਰੀ 50,000 ਤੋਂ ਲੈ ਕੇ 1 ਲੱਖ ਰੁਪਏ ਤੱਕ ਸੈਲਰੀ ਹੁੰਦੀ ਹੈ। ਅਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਤੁਹਾਡੀ ਪੋਸਟ ਇਨਕਰੀਜ਼ ਹੁੰਦੀ ਰਹਿੰਦੀ ਹੈ, ਤਾਂ ਤੁਹਾਡੀ ਸੈਲਰੀ ਵੀ ਇਨਕਰੀਜ਼ ਹੁੰਦੀ ਰਹਿੰਦੀ ਹੈ। ਅਤੇ ਫਸਟ ਜੂਨੀਅਰ ਫਸਟ ਆਫਿਸਰ ਤੋਂ ਬਾਅਦ ਦੋਸਤੋ, ਤੁਹਾਨੂੰ ਫਸਟ ਆਫਿਸਰ ਦੀ ਪੋਸਟ ਮਿਲਦੀ ਹੈ, ਜਿਸ ਦੀ ਸੈਲਰੀ 2 ਲੱਖ ਹੁੰਦੀ ਹੈ। ਉਸ ਤੋਂ ਬਾਅਦ ਸੀਨੀਅਰ ਫਸਟ ਆਫਿਸਰ ਦੀ ਮਿਲਦੀ ਹੈ, ਅਤੇ 3.5 ਲੱਖ ਰੁਪਏ ਉਸਦੀ ਸੈਲਰੀ ਹੁੰਦੀ ਹੈ। ਅਤੇ ਚੌਥੀ ਜੋ ਲਾਸਟ ਪੋਸਟ ਹੈ, ਉਹ ਕੈਪਟਨ ਦੀ ਹੁੰਦੀ ਹੈ, 6 ਲੱਖ ਤੱਕ ਉਸਦੀ ਸੈਲਰੀ ਜਾ ਸਕਦੀ ਹੈ। ਅਤੇ ਅੱਗੇ ਗੱਲ ਕਰੀਏ ਤਾਂ ਦੋਸਤੋ, ਇਲੀਜੀਬਿਲਟੀ ਦੀ ਗੱਲ ਕਰ ਲਈਏ ਕਿ ਤੁਹਾਨੂੰ ਜੇ ਤੁਸੀਂ ਇਹ ਪ੍ਰੋਸੈਸ ਕਰਨਾ ਚਾਹੁੰਦੇ ਹੋ, ਇਹ ਫੋਰਮ ਅਪਲਾਈ ਕਰਨਾ ਚਾਹੁੰਦੇ ਹੋ, ਤਾਂ ਉਸ ਵਿੱਚ ਤੁਹਾਨੂੰ ਕੀ ਯੋਗਤਾ ਦੀ ਜ਼ਰੂਰਤ ਪਵੇਗੀ। ਤਾਂ ਸਭ ਤੋਂ ਪਹਿਲਾਂ ਭਾਰਤ ਦਾ ਨਾਗਰਿਕ ਹੋਣਾ ਜ਼ਰੂਰੀ ਹੈ, ਜੋ ਵੀ ਕੈਂਡੀਡੇਟ ਅਪਲਾਈ ਕਰ ਰਿਹਾ ਜੋ ਪਾਇਲਟ ਬਣਨ ਵਾਸਤੇ, ਅਤੇ ਉਸਦੀ ਏਜ ਲਿਮਿਟ 18 ਤੋਂ 32 ਸਾਲ ਹੋਣੀ ਚਾਹੀਦੀ ਹੈ। ਅਤੇ 6x6 ਦਾ ਵਿਜ਼ਨ ਦਾ ਇਹਨਾਂ ਦਾ ਟੈਸਟ ਹੁੰਦਾ, ਤੁਹਾਡੀ ਆਈ ਸਾਈਟ ਜੋ ਨਜ਼ਰ ਹੈ ਉਹ ਵੀਕ ਨਹੀਂ ਹੋਣੀ ਚਾਹੀਦੀ। ਅਤੇ ਜੇ ਤੁਹਾਨੂੰ ਕਲਰ ਬਲਾਈਂਡਨੈਸ ਪ੍ਰੋਬਲਮ ਹੈ, ਤਾਂ ਤੁਸੀਂ ਤੁਹਾਡਾ ਫੋਰਮ ਜੋ ਰਿਜੈਕਟ ਕਰ ਦਿੱਤਾ ਜਾਂਦਾ ਹੈ। ਓਕੇ ਦੋਸਤੋ, ਅਤੇ ਇਸ ਨੂੰ ਅਪਲਾਈ ਕਰਨ ਲਈ 12th ਪਾਸ ਸਾਇੰਸ ਵਿੱਚ ਕੀਤੀ ਹੋਣੀ ਚਾਹੀਦੀ ਹੈ, ਅਤੇ ਅੱਗੇ ਜ਼ਿਆਦਾ ਕੋਈ ਵੱਡੀ ਕੁਆਲੀਫਿਕੇਸ਼ਨ ਨਹੀਂ ਚਾਹੀਦੀ ਹੁੰਦੀ। ਅਤੇ ਹਾਂ, ਤੁਹਾਨੂੰ ਇੰਗਲਿਸ਼ ਜ਼ਰੂਰ ਬੋਲਣਾ ਆਉਣੀ ਚਾਹੀਦੀ ਹੈ। ਅਤੇ ਦੋਸਤੋ, ਇੰਡੀਆ ਵਿੱਚ ਪਾਇਲਟ ਬਣਨ ਵਾਸਤੇ 2 ਮੈਥਡ ਦੀ ਵਰਤੋਂ ਕੀਤੀ ਜਾਂਦੀ ਹੈ, ਅਤੇ ਦੋਨੋਂ ਮੈਥਡਾਂ ਦੀ ਗੱਲ ਕਰਾਂਗੇ ਆਪਾਂ ਅੱਜ। ਪਹਿਲੇ ਮੈਥਡ ਦੀ ਗੱਲ ਕਰੀਏ ਤਾਂ ਫਲਾਇੰਗ ਸਕੂਲ ਵਿੱਚ ਐਡਮਿਸ਼ਨ ਲੱਗੇ। ਦੋਸਤੋ, ਜੋ ਇਹ ਫਲਾਇੰਗ ਸਕੂਲ ਆ ਉਹ DGCA ਅਪਰੂਵਲ ਸਕੂਲ ਹੁੰਦਾ ਹੈ, ਅਤੇ ਇਹਨਾਂ ਦੀ ਵੈਬਸਾਈਟ ਉੱਤੇ ਜਾਓਗੇ, ਜਦ ਤੁਸੀਂ ਜਿਹੜੀ ਮੈਂ ਤੁਹਾਨੂੰ ਦਿੱਤੀ ਹੋਈ ਹੈ DGCA.gov.in, ਤੁਸੀਂ ਸਰਚ ਕਰਾਂਗੇ ਤਾਂ ਕਈ ਤਰ੍ਹਾਂ ਦੇ ਜੋ ਸਕੂਲ ਨੇ ਉਹ ਤੁਹਾਨੂੰ ਸਾਹਮਣੇ ਪੇਜ ਉੱਪਰ ਦਿਖ ਜਾਣਗੇ, ਅਤੇ ਜਿਸ ਵਿੱਚ ਤੁਹਾਨੂੰ ਇੰਟਰਸਟ ਹੋਵੇ ਉਸ ਵਿੱਚ ਅਪਲਾਈ ਕਰ ਸਕਦੇ ਹੋ। ਅਤੇ ਇੰਟਰੈਂਸ ਇਗਜ਼ਾਮ ਹੁੰਦਾ, ਉਸ ਤੋਂ ਬਾਅਦ ਇੰਟਰਵਿਊ ਹੁੰਦਾ, ਉਸ ਤੋਂ ਬਾਅਦ ਮੈਡੀਕਲ ਟੈਸਟ ਹੁੰਦਾ। ਜਦੋਂ ਇਹ ਪ੍ਰੋਸੈਸ ਕੰਪਲੀਟ ਹੋ ਜਾਂਦਾ ਦੋਸਤੋ, ਤੁਹਾਨੂੰ SPL ਦਾ ਜੋ ਲਾਇਸੈਂਸ ਹੁੰਦਾ, ਸਟੂਡੈਂਟ ਪਾਇਲਟ ਲਾਇਸੈਂਸ ਮਿਲ ਜਾਂਦੀ ਹੈ। ਜੇ ਸਟੂਡੈਂਟ ਪਾਇਲਟ ਲਾਇਸੈਂਸ 'ਤੇ ਤੁਸੀਂ 60 ਘੰਟੇ ਦੀ ਟ੍ਰੇਨਿੰਗ ਪੂਰੀ ਕਰ ਲੈਂਦੇ ਹੋ, ਤਾਂ 60 ਘੰਟੇ ਮਤਲਬ 3 ਮਹੀਨਿਆਂ ਵਿੱਚ ਤੁਹਾਨੂੰ ਹਵਾਈ ਜਹਾਜ਼ ਉਡਵਾ ਕੇ ਦੇਖਿਆ ਜਾਂਦਾ ਹੈ, ਅਤੇ ਉਹਦੀ ਟ੍ਰੇਨਿੰਗ ਖਤਮ ਹੋ ਜਾਂਦੀ ਹੈ, ਤੁਹਾਨੂੰ PPL ਮਿਲ ਜਾਂਦਾ ਜੋ ਪ੍ਰਾਈਵੇਟ ਪਾਇਲਟ ਲਾਇਸੈਂਸ ਹੁੰਦਾ। ਅਤੇ ਇਸ 'ਤੇ ਤੁਹਾਨੂੰ 2000 ਘੰਟਿਆਂ ਦੀ ਟ੍ਰੇਨਿੰਗ ਦੇਣੀ ਪੈਂਦੀ ਹੈ, ਹਵਾਈ ਜਹਾਜ਼ ਉਡਾ ਕੇ ਦਿਖਾਉਣਾ ਹੁੰਦਾ 4 ਮਹੀਨਿਆਂ ਵਿੱਚ, ਅਤੇ ਉਸ ਤੋਂ ਬਾਅਦ ਤੁਹਾਨੂੰ CPL ਮਿਲ ਜਾਂਦਾ। ਅਤੇ ਜੋ ਕਮਰਸ਼ੀਅਲ ਪਾਇਲਟ ਦਾ ਲਾਇਸੈਂਸ ਹੁੰਦਾ, ਜੋ ਮੇਨ ਲਾਇਸੈਂਸ ਹੁੰਦਾ ਦੋਸਤੋ, ਅਤੇ ਇਹ ਸਾਰਾ ਪ੍ਰੋਸੈਸ ਟ੍ਰੇਨਿੰਗ ਤੋਂ ਲੈ ਕੇ ਇੰਟਰੈਂਸ ਇਗਜ਼ਾਮ ਤੱਕ ਦਾ ਸਾਰਾ ਪ੍ਰੋਸੈਸ ਜੋ ਹੁੰਦਾ 18 ਤੋਂ 24 ਮੰਥ ਦਾ ਹੁੰਦਾ। ਅਤੇ ਅੱਗੇ ਗੱਲ ਕਰੀਏ ਤਾਂ ਦੋਸਤੋ, ਹੁਣ ਆਪਾਂ ਗੱਲ ਕਰਦੇ ਦੂਜੇ ਮੈਥਡ ਦੀ। ਦੋਸਤੋ, ਇਹ ਕੈਡਿਟ ਪਾਇਲਟ ਪ੍ਰੋਗਰਾਮ ਮੈਥਡ, ਜੋ ਕਿ ਏਅਰਲਾਈਨਸ ਦੁਆਰਾ ਹੀ ਜੋ ਪੂਰਾ ਪ੍ਰੋਸੈਸ ਹੁੰਦਾ, ਉਹ ਏਅਰਲਾਈਨਸ ਦੁਆਰਾ ਕਰਵਾਇਆ ਜਾਂਦਾ। ਉਹ ਚਾਹੇ ਵਿਸਤਾਰਾ ਦੀ ਏਅਰਲਾਈਨਸ ਹੋ, ਜਾਂ ਏਅਰ ਇੰਡੀਆ ਹੋ, ਜਾਂ ਅਦਰ ਕੋਈ ਵੀ ਏਅਰਲਾਈਨਸ ਹੋ। ਦੋਸਤੋ, ਇਸ ਵਿੱਚ ਵੀ ਸੇਮ ਪ੍ਰੋਸੈਸ ਕਰਨਾ ਪੈਂਦਾ, ਬਟ ਇਸ ਵਿੱਚ ਦਾ ਬੈਨੀਫਿਟ ਇਹ ਹੈ ਕਿ ਤੁਹਾਨੂੰ ਜੋਬ ਦਾ ਕੰਟਰੈਕਟ ਏਅਰਲਾਈਨਸ ਵੱਲੋਂ ਦਿੱਤਾ ਜਾਂਦਾ, ਕਿ ਜੇ ਤੁਸੀਂ ਉਹਨਾਂ ਦੇ ਅੰਡਰ ਜੇ ਇਹ ਪ੍ਰੋਗਰਾਮ ਕਰਦੇ ਹੋ, ਤਾਂ ਅਪਲਾਈ ਕਰਦੇ ਹੋ ਫੋਰਮ ਨੂੰ, ਤਾਂ ਉਹ ਖੁਦ ਔਫਰ ਕਰਦੇ ਨੇ ਜੋਬ ਕਿ ਸਾਡੀ ਏਅਰਲਾਈਨਸ ਵਿੱਚ ਤੁਸੀਂ ਜੋਬ ਕਰੋ। ਅਤੇ ਇਸਦਾ ਖਰਚਾ ਥੋੜ੍ਹਾ ਜ਼ਿਆਦਾ ਆ ਜਾਂਦਾ, ਕਮ ਤੋਂ ਕਮ 80 ਲੱਖ ਤੋਂ ਲੈ ਕੇ 1 ਕਰੋੜ ਤੱਕ ਦਾ ਖਰਚਾ ਆ ਜਾਂਦਾ। ਬਟ ਇਸ ਵਿੱਚ ਇਹ ਬੈਨੀਫਿਟ ਹੈ ਕਿ ਤੁਹਾਨੂੰ ਜੋਬ ਲਈ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਪੈਂਦੀ, ਅਤੇ ਪੂਰਾ ਪ੍ਰੋਸੈਸ ਇਹ ਆਪਣੀ ਏਅਰਲਾਈਨ ਦੇ ਥਰੂ ਹੀ ਕਰ ਲੈਂਦੇ ਹਾਂ। ਉਹ ਦੋਸਤੋ, ਹੋ ਜਾਣੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ, ਅਤੇ ਵੀਡੀਓ ਨੂੰ ਲਾਈਕ ਕਰੋ।